ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜਿਵੇਂ ਕਿ ਮੈਂ ਪ੍ਰਵੀਨ ਕੁਮਾਰ, ਪੰਜਾਬੀ ਵੈਰੀਅਰ ਸਪੋਰਟਸ ਕਲੱਬ ਹੰਬੋਰ, ਕਿਉਂਕਿ ਸਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ। ਅਤੇ ਜਿਹੜੀ ਇਹ ਅੱਜ ਦੀ ਵੀਡੀਓ ਆ, ਬਹੁਤ ਜ਼ਰੂਰੀ ਆ, ਸਾਰੇ ਪਲੇਅਰਾਂ ਲਈ ਬਹੁਤ ਜ਼ਰੂਰੀ ਆ। ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਸਾਰੀ ਵੀਡੀਓ ਇੱਕ ਵਾਰੀ ਜ਼ਰੂਰ ਸੁਣਿਓ। ਹੈ ਨਾ, ਆਪਣਾ ਇੱਕ ਸਟੇਟ ਹੋ ਰਹੀ ਆ, ਗਰਲਜ਼ ਦੀ ਸੀਨੀਅਰ ਸਟੇਟ ਹੋ ਰਹੀ ਆ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 18-19-20 ਅਕਤੂਬਰ ਨੂੰ। ਹੈ ਨਾ, ਇਹ ਇੱਕ ਸਟੇਟ ਨਹੀਂ ਹੋ ਰਹੀ, ਇੱਕ ਓਲੰਪੀਅਨ ਹੋ ਰਹੀ ਆ। ਓਲੰਪੀਅਨ ਜਿਵੇਂ ਆਪਾਂ ਕਹਿ ਦਿੰਦੇ ਪੰਜਾਬ ਦੇ, ਬਹੁਤ ਜਣੇ ਕਹਿੰਦੇ ਆ ਵੀ ਓਲੰਪੀਅਨ 'ਚ ਮੈਡਲ ਨਹੀਂ ਆਇਆ, ਓਲੰਪੀਅਨ ਲਈ ਸਿਲੈਕਟ ਨਹੀਂ ਹੋਏ। ਬਹੁਤ ਸੁਣਨ ਨੂੰ ਗੱਲਾਂ ਆਉਂਦੀਆਂ ਜਦੋਂ ਓਲੰਪੀਅਨ ਖੇਡਦੇ ਆ, ਫਿਰ ਕਹਿੰਦੇ ਆ ਪਲੇਅਰਸ ਨੂੰ ਇੰਨਾ ਪੈਸਾ ਦਿੱਤਾ, ਇੰਨਾ ਪੈਸਾ ਦਿੱਤਾ। ਹੈ ਨਾ, ਅਤੇ ਇਹ ਜਿਹੜੀ ਸਟੇਟ ਹੋ ਰਹੀ ਆ ਨਾ, ਇਹ ਮੇਨ ਓਲੰਪੀਅਨ ਆ। ਮੈਂ ਜਿੰਨੇ ਵੀ ਲੀਡਰ ਸਾਹਿਬਾਨ ਆ, ਮੁਕਤਸਰ ਜ਼ਿਲ੍ਹੇ ਦੇ ਮੰਤਰੀ ਸਾਹਿਬ ਆ, ਇੱਕ ਨਹੀਂ ਮੁਕਤਸਰ ਜ਼ਿਲ੍ਹੇ ਦੇ 2 ਮੰਤਰੀ ਆ, ਕਾਫੀ ਸਿੰਗਰ ਵੀ ਇਸ ਏਰੀਏ ਦੇ, ਹੈ ਨਾ, ਅਤੇ CM ਸਾਹਿਬ ਆ, ਇਹਨਾਂ ਸਾਰਿਆਂ ਨੂੰ, ਕਲਾਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਪੰਜਾਬ ਦੀ ਨੌਜਵਾਨੀ ਨੂੰ, ਪੰਜਾਬ ਨੂੰ ਬਹੁਤ ਅੱਗੇ ਤੱਕ ਲੈ ਕੇ ਆਉਣਾ। ਹੈ ਨਾ, ਜੇ ਸਾਡਾ ਕਲੱਬ, ਸਾਡੀ ਟੀਮ ਲਗਾਤਾਰ ਸ਼ੋਅ ਕਰਵਾ ਸਕਦੀ ਆ, ਲਗਾਤਾਰ ਟੂਰਨਾਮੈਂਟ ਕਰਵਾ ਸਕਦੀ ਆ, ਤਾਂ ਕਿਤੇ ਨਾ ਕਿਤੇ ਸਾਰਿਆਂ ਨੂੰ ਮਿਲ ਕੇ ਇੱਕਜੁੱਟ ਹੋ ਕੇ ਆਪਾਂ ਨੂੰ ਚੱਲਣਾ ਪੈਣਾ, ਤਾਂ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਔਰ ਪੰਜਾਬ ਦੀ ਬਾਕਸਿੰਗ ਗੇਮ ਔਰ ਦੂਜੀਆਂ ਗੇਮਾਂ ਨੂੰ ਵੀ ਬਹੁਤ ਅੱਗੇ ਤੱਕ ਲਿਜਾ ਸਕੀਏ ਔਰ ਆਪਣੀ ਓਲੰਪੀਅਨ ਦੇ ਵਿੱਚ ਮੈਡਲ ਆ ਸਕਣ। ਆਪਾਂ ਇਹ ਨਾ ਕਹੀਏ ਕਿ ਆਪਣਾ ਓਲੰਪੀਅਨ ਲਈ ਸਿਲੈਕਟ ਨਹੀਂ ਹੋਇਆ, ਆਪਾਂ ਇਹ ਨਾ ਕਹੀਏ ਕਿ ਓਲੰਪੀਅਨ 'ਚੋਂ ਮੈਡਲ ਨਹੀਂ ਆਇਆ, ਆਪਾਂ ਇਹ ਨਾ ਆਖੀਏ ਕਿ ਓਲੰਪੀਅਨ ਖੇਡ ਕੇ ਇਹਨੂੰ ਫੁੱਲ ਪੈਸਾ ਮਿਲਦਾ। ਹੈ ਨਾ, ਇਹ ਓਲੰਪੀਅਨ ਆ, ਸਟੇਟ ਇੱਕ ਓਲੰਪੀਅਨ ਆ। ਇਸ ਵਿੱਚ ਕੁੜੀ ਆ ਸਿਮਰਨਜੀਤ ਕੌਰ, ਜੋ ਕਿ ਓਲੰਪੀਅਨ ਖੇਲੀ ਹੋਈ ਆ, ਉਹ ਇਸ ਸਟੇਟ ਦੇ ਵਿੱਚ ਖੇਡ ਰਹੀ ਆ। ਮਨਦੀਪ ਕੌਰ ਕੁੜੀ ਆ, ਵਰਲਡ ਚੈਂਪੀਅਨਸ਼ਿਪ 'ਚ ਮੈਡਲ ਆਉਂਦਾ, ਉਹ ਇੱਥੇ ਕੁੜੀ ਖੇਡ ਰਹੀ ਆ ਸਟੇਟ ਦੇ ਵਿੱਚ। ਕੋਮਲ ਆ ਕੁੜੀ, ਇੰਟਰਨੈਸ਼ਨਲ ਪਲੇਅਰ। ਕੋਮਲਪ੍ਰੀਤ ਆ ਕੁੜੀ, ਇੰਟਰਨੈਸ਼ਨਲ ਪਲੇਅਰ। ਸੰਦੀਪ ਆ ਕੁੜੀ, ਇੰਟਰਨੈਸ਼ਨਲ ਪਲੇਅਰ। ਕ੍ਰਿਸ਼ੂ ਆ ਕੁੜੀ, ਇੰਟਰਨੈਸ਼ਨਲ ਪਲੇਅਰ। ਆਪਣੇ ਟੌਪ ਦੇ ਇੰਟਰਨੈਸ਼ਨਲ ਪਲੇਅਰ ਕੁੜੀਆਂ, ਓਲੰਪੀਅਨ ਖੇਲੀ ਆ ਸਿਮਰਜੀਤ ਕੌਰ ਕੁੜੀ ਆ, ਜੋ ਕਿ ਪੰਜਾਬ ਦੀ ਇੱਕ ਓਲੰਪੀਅਨ ਪਲੇਅਰ ਆ, ਪੰਜਾਬ ਲਈ ਖੇਡਦੀ ਆ, ਉਹ ਵੀ ਕੁੜੀ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲਊਗੀ। ਨਾ, ਉਹ ਵੀ ਮੇਰੀ, ਆਪਣੀਆਂ ਧੀਆਂ ਸਾਰੀਆਂ ਉਹ ਵੀ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣਗੀਆਂ। ਤਾਂ ਮੈਂ ਉਹਨਾਂ ਸਾਰੇ ਲੀਡਰਾਂ ਸਾਹਿਬਾਨਾਂ ਨੂੰ, ਜਿੰਨੇ ਚੰਗੇ ਕਲਾਕਾਰ ਆ, ਚੰਗੇ ਚੰਗੇ ਰੈਲੀਆਂ 'ਤੇ ਜਾਂਦੇ ਆ, ਵੱਡੇ ਵੱਡੇ ਸ਼ੋਅ ਲਾਉਂਦੇ ਆ, ਫਿਰ ਮੰਨ ਲਓ ਵੀ ਜਦੋਂ ਆਪਣੇ ਓਲੰਪੀਅਨ ਹੁੰਦੇ ਆ, ਬਹੁਤ ਕਮੈਂਟਸ ਆਉਂਦੇ ਆ ਵੀ ਮੈਡਲ ਨਹੀਂ ਆਏ, ਸਿਲੈਕਟ ਨਹੀਂ ਹੋਏ। ਜੇਕਰ ਉਹ ਉੱਧਰ ਵੀ ਜ਼ੋਰ ਲਾ ਸਕਦੇ ਆ ਨਾ, ਰੈਲੀਆਂ ਦੇ ਵਿੱਚ ਸ਼ੋਅ ਲਾ ਸਕਦੇ ਆ, ਹੱਕ ਮੰਨਦਾ ਸਾਰਿਆਂ ਨੂੰ ਕਰਨਾ ਚਾਹੀਦਾ, ਆਪਣੇ ਲਈ ਹਰ ਕੋਈ ਬੰਦਾ ਕਰਦਾ। ਹੈ ਨਾ, ਤਾਂ ਮੈਂ ਤਾਂ ਇਹ ਵੀ ਆਖੂੰਗਾ ਵੀ ਕਿਤੇ ਨਾ ਕਿਤੇ ਪਲੇਅਰ ਲਈ ਵੀ ਤੁਸੀਂ ਕਰੋ, ਇੱਕ ਨੌਜਵਾਨੀ ਲਈ ਵੀ ਕਰੋ, ਤਾਂ ਜੋ ਕਿ ਆਪਣੇ ਪਲੇਅਰਸ ਓਲੰਪੀਅਨ ਦੇ ਵਿੱਚ 2028 ਦੇ ਵਿੱਚ ਮੈਡਲ ਲੈ ਕੇ ਆਉਣ। ਮੈਂ ਇਹ ਕਹਿੰਦਾ ਕਿ ਇਹ ਜਿਹੜੀ ਸਟੇਟ ਹੋ ਰਹੀ ਆ, ਜਿਹੜੀਆਂ ਇੱਥੇ ਬੱਚੀਆਂ ਖੇਡਣਗੀਆਂ, ਇੱਥੋਂ ਮੈਡਲ ਲੈ ਕੇ ਆਉਣਗੀਆਂ, ਜੇਕਰ ਉਹਨਾਂ 'ਤੇ ਧਿਆਨ ਦਿੱਤਾ ਜਾਵੇ, ਤਾਂ 2028 ਦੇ ਵਿੱਚ ਓਲੰਪੀਅਨ ਦੇ ਵਿੱਚ ਆਪਣੇ ਪੰਜਾਬ ਦੇ ਮੈਡਲ ਹੋਣਗੇ, ਇਹ ਮੈਂ ਕਹਿ ਸਕਦਾ। ਇਸ ਕਰਕੇ ਗੁਰਚਰਨ ਸਿੰਘ ਭਾਅ ਜੀ US ਦੇ ਵਿੱਚ ਬੈਠੇ ਆ, ਬਹੁਤ ਇੱਕ ਚੰਗਾ ਉਪਰਾਲਾ ਕਰ ਰਹੇ ਆ, ਬਹੁਤ ਤਕੜੀ ਸਪੋਰਟ ਕਰ ਰਹੇ ਆ। ਜੇਕਰ ਉਹ US ਦੇ ਵਿੱਚ ਬੈਠੇ ਇੱਕ ਬਾਕਸਿੰਗ ਨੂੰ ਸਪੋਰਟ ਕਰ ਰਹੇ ਆ, ਪ੍ਰਮੋਟ ਕਰ ਰਹੇ ਆ, ਮੇਰੇ ਨਾਲ ਮਨਦੀਪ ਸਿੰਘ, ਮੇਰਾ ਛੋਟਾ ਭਰਾ ਪਰਵਿੰਦਰ ਸਿੰਘ ਇੰਗਲੈਂਡ ਤੋਂ, ਹੈ ਨਾ, ਅਤੇ ਹਰਦੀਪ ਸਿੰਘ ਪਟਿਆਲੇ ਤੋਂ, ਇੱਕ ਚੰਗਾ ਹਜੀ ਟੀਮ ਬਣਾ ਕੇ ਵਰਕ ਕਰ ਰਹੇ ਹਾਂ। ਹੋਰ ਵੀ ਬਹੁਤ ਸੱਜਣਾਂ ਦੀ ਹੈ ਸਾਡੇ ਨਾਲ, ਜੋ ਕਿ ਨਾਲ ਆ ਸਾਡੇ, ਹੈ ਨਾ। ਪਰ ਮੈਂ ਤਾਂ ਇਹ ਕਹੂੰਗਾ ਵੀ ਆਪਾਂ ਸਭ ਮਿਲ ਕੇ ਜਿਹੜੀ ਇਹ ਸਟੇਟ ਹੋ ਰਹੀ ਆ, ਇਸ ਸਟੇਟ ਦਾ ਆਪਾਂ ਹਿੱਸਾ ਬਣੀਏ ਔਰ ਬੱਚਿਆਂ ਦਾ ਹੌਸਲਾ ਵਧਾਈਏ। ਮੈਂ ਤਾਂ ਜੋ ਵੀ ਸਿੰਗਰ ਆ ਉਹਨਾਂ ਨੂੰ ਵੀ ਆਖੂੰਗਾ ਵੱਧ ਤੋਂ ਵੱਧ ਇੱਥੇ ਜਣੇ ਪਹੁੰਚੋ, ਜੋ ਕਿ ਸਟੇਟ ਹੋ ਰਹੀ ਆ 18-19 ਅਕਤੂਬਰ ਨੂੰ, ਬੱਚਿਆਂ ਦਾ ਹੌਸਲਾ ਵਧਾਓ ਔਰ ਵੱਧ ਤੋਂ ਵੱਧ ਬੱਚਿਆਂ ਨੂੰ ਆਪਦੇ ਵੱਲੋਂ ਕੁਛ ਨਾ ਕੁਛ ਉਹਨਾਂ ਨੂੰ ਕੋਈ ਗਿਫਟ ਦਿਓ, ਪ੍ਰਾਈਜ਼ ਦਿਓ, ਜੋ ਕਿ ਬੱਚਿਆਂ ਦਾ ਹੌਸਲਾ ਵਧੇ, ਬੱਚੇ ਮੋਟੀਵੇਟ ਹੋਣ। ਅਤੇ ਮੈਂ ਇਹ ਜ਼ਰੂਰ ਕਹੂੰਗਾ ਵੀ ਇਹ ਸਮਝੋ ਕਿ ਓਲੰਪੀਅਨ ਹੋ ਰਹੀ ਆ, ਜਿਹੜੀ ਮੁਕਤਸਰ ਦੇ ਵਿੱਚ ਹੋ ਰਹੀ ਆ, ਸਟੇਟ ਦੀ ਹੋ ਰਹੀ ਹੈ, ਓਲੰਪੀਅਨ ਹੋ ਰਹੀ ਆ। CM ਸਾਹਿਬ ਨੂੰ, ਲੀਡਰ ਸਾਹਿਬਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਮੇਰੀ ਰਿਕੁਐਸਟ ਆ ਮੇਰੇ ਕਲੱਬ ਵੱਲੋਂ ਵੀ ਇਹ ਜਿਹੜੀ ਸਟੇਟ ਹੋ ਰਹੀ ਆ, ਇਹਨਾਂ 'ਤੇ ਧਿਆਨ ਦੇ ਲਓ।
ਆਉਣ ਵਾਲੇ ਟਾਈਮ ਦੇ ਵਿੱਚ 2028 ਦੇ ਵਿੱਚ ਇਹੀ ਸਟੇਟ ਦੇ ਵਿੱਚ ਜਿਹੜੀਆਂ ਬੱਚੀਆਂ ਖੇਡਣਗੀਆਂ ਅਤੇ ਓਲੰਪੀਆਂ ਦੇ ਵਿੱਚ ਮੈਡਲ ਲੈ ਕੇ ਆਉਣਗੀਆਂ। ਇਹ ਸਾਡੇ ਜਿੰਨੇ ਪੰਜਾਬ ਦੇ ਕੋਚ ਆ, ਜਿੰਨੇ ਵੀ ਸਾਡੀ ਟੀਮ ਆ, ਇਹ ਉਹਨਾਂ ਦਾ ਕਹਿਣਾ ਕਿ ਜੇਕਰ ਥੋੜ੍ਹਾ ਜਿਹਾ ਸਰਕਾਰਾਂ ਕਲਾਕਾਰ ਇਹਨਾਂ ਦੀ ਸਪੋਰਟ ਕਰਨ ਬੱਚਿਆਂ ਦੀ, ਬਹੁਤ ਅੱਗੇ ਤੱਕ ਜਾ ਸਕਦੇ ਹਾਂ। ਮਿਹਨਤ ਕਰ ਰਹੇ ਹਾਂ, ਮਿਹਨਤ ਕਰਦੇ ਰਹਾਂਗੇ। ਲਗਾਤਾਰ ਸਾਡੇ ਪ੍ਰੋਫੈਸ਼ਨਲ ਬੋਕਸਿੰਗ ਦੇ ਵੀ ਬੱਚੇ ਇੰਗਲੈਂਡ ਖੇਡਣ ਵਾਸਤੇ ਜਾ ਰਹੇ ਆ, ਅਤੇ ਇਹ ਸਾਡੀ ਮੇਨ ਵੀਡੂ ਆ। ਸੇਮ ਸਾਹਿਬ ਨੂੰ ਵੀ ਆ ਵੀ ਤੁਸੀਂ ਸਮਾਂ ਕੱਢੋ, ਸਟੇਟ ਟੂਰਨਾਮੈਂਟ 'ਤੇ ਵੀ ਪਹੁੰਚੋ। ਔਰ ਇੱਥੇ ਓਲੰਪੀਅਨ ਖੇਡੇ ਪਲੇਅਰ ਇੱਥੇ ਖੇਡ ਰਹੇ ਆ। ਇਹ ਸਟੇਟ ਦਾ ਮਤਲਬ ਆ, ਜੋ ਸਟੇਟ ਗੋਲਡ ਮਾਰੂਗਾ ਨੈਸ਼ਨ ਖੇਲੂਗਾ, ਜੋ ਨੈਸ਼ਨ 'ਚ ਮੈਡਲ ਮਾਰੂਗਾ ਵਰਲਡ ਚੈਂਪੀਅਨਸ਼ਿਪ, ਏਸ਼ੀਅਨ ਮੈਡਲਿਸਟ, ਏਸ਼ੀਆ ਓਲੰਪੀਅਨ ਲੈਵਲ ਬੰਦਾ ਖੇਡਦਾ ਹੈ ਇਸ ਸਟੇਟ ਤੋਂ ਬਾਅਦ। ਇਹ ਆਪਣੀ ਪਹਿਲੀ ਨੀਂਹ ਆ ਓਲੰਪੀਅਨ ਦੀ। ਜੇ ਇਹ ਨੀਂਹ ਮਜ਼ਬੂਤ ਹੋ ਗਈ ਤਾਂ ਓਲੰਪੀਅਨ ਦੇ ਵਿੱਚ ਜ਼ਰੂਰ ਮੈਡਲ ਆਊਗਾ। ਅਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੀ ਇਸ ਵਾਰ ਦੀ ਸਟੇਟ ਹੋਣੀ ਆ 2024 ਦੀ, ਉਹ ਸਟੇਟ ਮੁਕਤਸਰ ਦੇ ਵਿੱਚ ਹੋ ਰਹੀ ਆ 17-18-18-19-20 ਨੂੰ। ਪਲੀਜ਼ ਜਿੰਨੇ ਵੀ ਲੀਡਰ ਸਾਹਿਬਾਨ ਆ ਮੁਕਤਸਰ ਜ਼ਿਲ੍ਹੇ ਦੇ, ਵੱਧ ਤੋਂ ਵੱਧ ਉੱਥੇ ਪਹੁੰਚਣ, ਬੱਚਿਆਂ ਦੀ ਸਪੋਰਟ ਕਰਨ, ਬੱਚਿਆਂ ਦਾ ਹੌਸਲਾ ਵਧਾਉਣ। ਜਿੰਨੇ ਵੀ ਆਈ ਪੀ ਐੱਸ ਬੜੇ ਬੜੇ ਅਫਸਰ ਸਾ, ਇਹ ਆਪਾਂ ਨੂੰ ਇੱਕਜੁੱਟ ਹੋ ਕੇ ਚੱਲਣਾ, ਜੋ ਕਿ ਹਰ ਗੇਮ ਨੂੰ ਸਪੋਰਟ ਕਰੋ ਤਾਂ ਜੋ ਕਿ ਆਪਣੇ ਪਲੇਅਰ ਆ ਪੰਜਾਬ ਦੇ ਕਬੱਡੀ ਦੇ, ਬੋਕਸਿੰਗ ਦੇ, ਕ੍ਰਿਕਟ ਦੇ, ਸਾਰੀਆਂ ਗੇਮਾਂ ਦੇ ਬਹੁਤ ਅੱਗੇ ਤੱਕ ਜਾ ਸਕਣ, ਆਪਣੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਹੋਵੇ, ਅੱਗੇ ਵੀ ਹੈ ਹੋਰ ਵੀ ਹੋਵੇ। ਅਤੇ ਮੇਰੀ ਇਹੀ ਗੁਜ਼ਾਰਿਸ਼ ਆ, ਅਤੇ ਕੋਈ ਵੀ ਕੋਈ ਵੱਧ ਘੱਟ ਬੋਲ ਚੁੱਕਿਆ ਹੋਵਾਂ ਤਾਂ ਸ਼ਮਾ ਮੰਗਦਾ। ਅਤੇ 18-19-20 ਤਰੀਕ ਨੂੰ ਟੂਰਨਾਮੈਂਟ ਮੁਕਤਸਰ ਦੇ ਵਿੱਚ ਕਰਵਾ ਰਹੇ ਹਾਂ। ਸਾਰੇ ਜਣੇ ਸਪੋਰਟ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੰਗੀ ਲੱਗੇ। ਜੇ ਕੋਈ ਕਮੀ ਪੇਸ਼ੀ ਆ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸੋ, ਨੈਕਸਟ ਅਸੀਂ ਹੋਰ ਬੋਲ ਸਕੀਏ, ਹੈ ਨਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।